Să rămân,
Și pe
ਪਰਮ ਵਿਦਿਆ ਦੇ ਵਿੱਚ ਕਿਸੇ ਸਮੇਂ ਦੇਵਤਿਆਂ ਰਾਕਸ਼ਾਂ ਦੀ ਲੜਾਈ ਹੋਈ। ਦੇਵਤੇ ਜਿਹਨਾਂ ਵਿੱਚ ਇੰਨੀਆਂ ਸ਼ਿਫਤਾਂ ਹੁੰਦੀਆਂ, ਹਰ ਪ੍ਰਾਣੀ ਪੁੱਛਣ ਵਾਲੇ ਦੇ ਕਾਰਜ ਨੂੰ ਸਿੱਧ ਕਰਨਾ, ਦੇਣਾ ਹੀ ਦੇਣਾ ਖੂਬੀ ਹੁੰਦੀ ਹੈ ਉਹਦੇ ਚ, ਉਸਨੂੰ ਦੇਵਤਾ ਹੈ। ਦੇਵਤੇ ਹਰ ਪ੍ਰਕਾਰ ਦੇ ਨਾਲ ਹੀ ਨਾਮ ਰੱਖੇ ਜਾਂਦੇ ਨੇ। ਸਰ ਗੌਰਮੈਂਟ ਦੇ ਘਰ ਵਿੱਚ ਜਿਹੜੇ ਕੋਈ ਮਨਿਸਟਰ ਲਾਏ ਹੋਏ ਨੇ, ਕਿਸੇ ਨੂੰ ਕੋਈ ਅੰਨ ਦੀ ਸਪਲਾਈ 'ਤੇ ਲਾਇਆ ਹੋਇਆ, ਜਿੱਥੇ ਮਿਸ਼ਨ ਕਰਮਚਾਰੀ ਨੂੰ ਬੰਨਣਾ ਉਹ ਅੰਨ ਦੀ ਸਪਲਾਈ ਕਰਨ ਵਾਲਾ, ਕੋਈ ਪਾਣੀ ਦਾ ਵਾਟਰ ਵੰਡਣ ਵਾਲਾ ਹੈ, ਨਹਿਰਾਂ ਦੇ ਉੱਤੇ ਵੀ ਵਾਟਰ ਵੰਡਣ ਵਾਲੇ ਹਨ, ਜਿਹਨਾਂ ਨੂੰ ਜਾ ਕੇ ਈਸ਼ਵਰ ਬਣਾ ਕੇ ਜਾਂ ਸੂਏ ਕਸ਼ੀਆਂ ਬਣਾ ਕੇ ਪਾਣੀ ਨੂੰ ਬੰਨਣਾ ਜਗ੍ਹਾ ਜਗ੍ਹਾ, ਉਹ ਵੀ ਤਕਸੀਮ ਕਰਨ ਵਾਲੇ, ਉਹਨਾਂ ਦੇ ਹੱਕ ਨੂੰ ਟਾਈਮ ਦੇ ਲਾਏ ਨੇ ਵੀ ਇਹ ਨਹੀਂ ਬੰਨਣਾ। ਅਕਾਲ ਪੁਰਖ ਦੀ ਮਰਜ਼ਾਦਾ ਅਨੁਸਾਰ ਹੀ ਸੰਸਾਰ ਵਿੱਚ ਸੀ, ਜਿਹੜੀ ਚੀਜ਼ ਕਿਸੇ ਨੇ ਦੇਣੀ ਹੈ ਉਸਨੂੰ ਉਹਦਾ ਦੇਵਤਾ ਕਿਹਾ ਜਾਂਦਾ। ਸਗਨ ਅਪਸ਼ਗਨ ਕਿਸਮ
ਵਿਸਰੋ ਚਿੱਤ ਨਾ ਆਵੇ। ਜਿਸ ਤੋਂ ਵਾਹਿਗੁਰੂ ਵਿਸਰ ਜਾਏ ਉਹਦੇ ਹਿਰਦੇ ਨੂੰ ਇਹ ਗਮੀਆਂ ਸਾਂਭਦੀਆਂ ਨੇ। ਜਿੱਥੇ ਵਾਹਿਗੁਰੂ ਚੇਤੇ ਉੱਥੇ ਨਾ ਕੋਈ ਗਮੀਆਂ ਨੇ ਕੋਈ ਸ਼ਾਦੀ ਹੈ, ਸਦਾ ਆਨੰਦ ਹੈ। ਗਮੀ ਦੇ ਮੁਕਾਬਲੇ ਸ਼ਾਦੀ ਦੇ ਮੁਕਾਬਲੇ ਚ ਗਮੀ ਜ਼ਰੂਰ ਹੋਵੇ। ਸ਼ਾਦੀ ਅਸੀਂ ਮੰਨਿਆ ਬੱਚੇ ਦੀ ਪਤਾਇਸ਼ ਨੂੰ ਗਮੀ ਮੰਨਦੇ ਉਹਦੇ ਵਿਛੋੜੇ ਨੂੰ। ਇਹਨੇ ਹਿੱਸੇ ਚਲੀ ਹੁੰਦੀ ਹੈ ਜਿਹੜੀ ਚੀਜ਼ ਨੇ ਮਿਲਣਾ ਉਹਨੇ ਵਿਛੜਨਾ। ਆਪਣੀ ਮੁਨਿਆਦ ਪਾ ਕੇ ਵਿਛੜ ਜਾਣੇ ਕਿੰਨੀ ਵਾਰ ਕੀ ਮਰ ਜਾਣੇ। ਇਹ ਉਸ ਦੀ ਰਚਨਾ ਦੇ ਵਿੱਚ ਗੁਜ਼ਰੇ ਨਹੀਂ ਕਰ ਸਕਦਾ, ਕੋਈ ਇਤਰਾਜ਼ ਨਹੀਂ ਕਰ ਸਕਦਾ। ਇਹ ਵੀ ਸੂਖ ਕਰਨ ਵਾਲਿਆਂ ਦੇ ਨਹੀਂ ਮਰਦੇ ਮਾਤਾ ਪਿਤਾ ਨੂੰ ਬੱਚੇ, ਇਹ ਵੀ ਗੱਲ ਪੁੱਛੀ ਹੋਈ ਸਭ ਨੇ। ਰਾਮ ਚੰਦਰ ਜੀ ਦਾ ਪਿਤਾ ਵਿਸ਼ੇਸ਼ ਦੇ 100 ਪੁੱਤਰ ਸੀ। ਉਹ ਕਿਸੇ ਸਮੇਂ ਵਿਸ਼ਵਾਮਿਤਰ ਨੇ 100 ਹੀ ਮਾਰਤਾ ਸੀ ਕਿਸੇ ਕਾਰਨ ਨਾਲ, ਤੇ ਉਹਨਾਂ ਦਾ ਕਿਹੜਾ ਖੋਟਾ ਕਰਨ ਸੀ। ਤਾਂ ਰਾਮ ਚੰਦਰ ਜੀ ਦੇ ਗੁਰੂ ਦੇ ਬਹੁਤ ਉੱਚੇ ਮਹਾਂਪੁਰਖ ਤੇ ਰਹਿਣ ਦੀ ਕੋਸ਼ਿਸ਼ ਹਜ਼ੂਰ ਨੇ ਦੁਨੀਆਂ ਦੇ ਉਧਾਰ ਦੇ ਕੰਮ ਦਸਾਂ ਰੂਪਾਂ ਚ ਕੀਤਾ ਹੈ। ਸ਼ਗ ਤੇ ਆ ਕੇ ਸ਼ਿਕਾਇਤ ਧਾਰ ਕੇ ਪਾਪ ਵਾਲਾ ਕੰਮ ਨਹੀਂ ਕੀਤਾ। ਉਹਨਾਂ ਦੇ ਸਾਹਿਬਜ਼ਾਦੇ ਜੰਗ ਦੇ ਵਿੱਚ ਵੋਟੀ ਵੋਟੀ ਹੋ ਕੇ ਪ੍ਰਵਾਨ ਹੋ ਗਏ। ਉਹਨਾਂ ਨੇ ਕਿਹੜਾ ਗੁਣ ਪਾਪ ਕੀਤਾ ਸ਼ੁਰੂ ਕਰਨਗੇ ਕਰਦੇ। ਹਾਜ਼ਰ ਬੈਠਿਆਂ ਬੈਠੇ ਚਾਰੇ ਸਾਹਿਬਜ਼ਾਦੇ ਪ੍ਰਵਾਨ ਹੋ ਗਏ। ਇਹ ਨਹੀਂ ਕਿਹਾ ਜਾਂਦਾ ਵੀ ਪੁੱਤਰ ਦੇ ਮੂਹਰੋਂ ਮਾੜੇ ਕਰਮ ਵਾਲੇ ਕਰਤਾਰ ਦੀ ਗੱਦੀ ਨੂੰ ਕਰਤਾਰ ਜਾਣੇ। ਉਹ ਜਦੋਂ ਉਹਨਾਂ ਦੀ ਥਿਉਰੀ ਚ ਪੈਂਦੇ ਵੀ ਸਮਝ ਲੈਂਦੇ ਵੀ ਕਿਉਂ ਗਏ। ਸਾਰਿਆਂ ਰਸਤੇ ਚ ਹੋਰ ਨੇ
ਸਾਡੇ ਕੋਲ ਆ ਵੈਰਸ ਹੈ ਕਿ ਹਰ ਇੱਕ ਕਰਮਚਾਰੀ ਕੋਲੇ ਹਰ ਜਗ੍ਹਾ ਤੇ ਗੱਡੀ ਦਾ ਨੰਬਰ ਦਿੱਤਾ ਗਿਆ ਤੇਰਾ ਸ਼ੁਰੂ ਦੱਸੇਗਾ ਸਾਰੇ ਤੈਨੂੰ ਜਿੱਥੇ ਫੰਡ ਕੇ ਹੁਣ ਜੁਰਮਾਨਾ ਕਰ ਦੇਣਗੇ ਦੂਜੀ ਗੇਮ ਨਹੀਂ ਛੱਡਣਾ ਜਿਹੜਾ ਪਹਿਲਾਂ ਨਾ ਕਿਤੇ ਉਹਨਾਂ ਦੀ ਸਰਕਾਰ ਦੀ ਲਿਸਟ 'ਚ ਆਇਆ ਕਿ ਮੇਰੀ ਮਾਫ਼ ਕਰ ਦਿੰਦੇ ਪਰ ਇਹ ਹੱਕ ਮੈਂ ਸਮੇਂ ਦੀ ਗੱਲ ਹੈ ਬਾਜੂ ਬਾਜ ਤੈਨੂੰ ਸਵੇਰ ਤੇ ਕੋਈ ਮਿਲਿਆ ਨਾ ਹੋਵੇ ਉਹਨੇ ਮਿਸ਼ਨ ਵੀ ਭਰਨੀ ਹੈ ਉਹ ਥੋੜ੍ਹੇ ਜਿਹੇ ਉਹਨਾਂ ਦੀ ਸਜ਼ਾ ਕਰ ਦਿੰਦੇ ਤੇ ਬਹੁਤ ਸਾਰੇ ਨੇ ਜਿਹੜੇ ਗੁਨਾਹ ਦੇ ਸ਼ਬਦ ਨੇ ਉਹਨਾਂ ਦੀ ਸਮੇਂ ਦੀ ਗੱਲ ਹੁੰਦੀ ਉਹਨਾਂ ਦੀ ਪਰ ਜਿਹੜਾ ਕਾਨੂੰਨ ਹੈ ਉਹ ਹੈ ਵੀ ਉਸਨੂੰ ਜਿਹੜਾ ਕਿ ਨਵਾਕਬ ਹੋਵੇ ਉਹਨੂੰ ਛੱਡ ਦੇ ਵੀ ਬੁੱਲ ਹੈ ਇਹਨੂੰ ਪਤਾ ਨਹੀਂ ਸੀ ਕਾਨੂੰਨ ਵੀ ਮੈਂ ਕਿਹੜੀ ਸੀਟ ਤੇ ਜਾਣਾ ਬੁੱਲ ਤਾਂ ਹੁਣ ਉਹ ਮੰਨਣ ਨਹੀਂ ਦਿੰਦੇ ਇਸ ਗੱਲ ਨੂੰ ਕਿਉਂਕਿ ਉਹਨਾਂ ਦੀ ਜਗ੍ਹਾ ਜਗ੍ਹਾ ਤੇ ਸਹਿਣ ਲਾਏ ਹੋਏ ਨੇ ਵੀ ਐਸ ਟੀ ਪੀ ਚੱਲ ਸਕਦੇ ਜਿੱਥੇ ਨਗਰ ਆ ਜਾਓ ਤੇ ਸਪੀਡ ਜ਼ਿਆਦਾ ਘਟਾਈ ਹੋਊਗੀ ਜੇ ਆਪੇ ਕੀ ਲਈ ਤੇ ਪੈਰ ਰੱਖਣੀ ਫੇਰ ਅੰਤਰੀ ਨਿਕਲਣ ਤੋਂ ਦਰੇ ਰੱਖ ਉਹਨੂੰ ਜਿੱਥੇ ਥੋੜ੍ਹੀ ਜਿਹੀ ਆਹੋ ਹੈ ਉੱਥੇ ਦੱਸ ਦੇ ਵੀ ਇੱਥੇ ਸਪੀਡ ਇੰਨੀ ਹੈ 100 ਮੀਲ ਦੀ ਹੋਵੇ ਕਿਤੇ ਮਗਰ ਜਿੱਥੇ ਕੋਈ ਗ੍ਰਾਮ ਆ ਗਿਆ ਜਾਂ ਸਕੂਲ ਆ ਗਿਆ ਜਾਂ ਕੋਈ ਨਿਆਣੇ ਪੜ੍ਹਨ ਵਾਲੇ ਆ ਗਏ ਉੱਥੇ ਉਹਨਾਂ ਦੇ ਲਿਖਿਆ ਹੋਇਆ ਸ਼ਾਇਦ ਦੇ ਉੱਤੇ ਵੀ ਇੱਥੇ ਕਹਾਂ ਨਿਆਣੇ ਖੇਲਦੇ ਆ ਥੋੜ੍ਹੀ ਚੱਲ ਇਸ ਗੱਲ ਦੇ ਵਿੱਚੋਂ ਨਿਕਲਦਾ ਨਹੀਂ ਵੀ ਮੈਂ ਵਾਕਫ ਨਹੀਂ ਸੀ ਮਗਰ ਉਸਨੂੰ ਮੈਂ ਵਾਕਫ ਪ੍ਰਦੇਸ਼ੀ ਜਾਣ ਕੇ ਇੱਕ ਵਾਰੀ ਵਾਰਨ ਦੇ ਦਿੰਦਾ ਹੈ ਹਜ਼ੂਰ ਦੇ ਘਰ ਵਿੱਚ ਵੀ ਮਾਫੀ ਹੈ ਪਰ ਗੁਨਾਹ ਨੂੰ ਕਿਤੇ ਫਿਰ ਬਦਲ ਨਹੀਂ ਕਹੂੰਗੀ ਜੋ ਉਹਨੂੰ ਛੱਡੇ ਗਿਆ ਫਿਰ ਰਹਿ ਤੇ ਕਾਨੂੰਨ ਨੇ ਦਸ਼ਾ ਦਾ ਦੱਸਦੇ ਹਾਂ ਅਸੀਂ ਵੀ ਰਹਿਮ ਦੀ ਦੀ ਨਾਲ ਸ਼ੀਸ਼ਨ ਛੱਡ ਦੇ ਸਜ਼ਾ ਕੀਤੀ ਨੂੰ ਉੱਪਰਲਾ ਅਫਸਰ ਰਾਸ਼ਟਰਪਤੀ ਸ਼ਬਦ ਲੈ ਪਰ ਉਹ ਸਿੱਧਾ ਨਹੀਂ ਕਹਿੰਦਾ ਉੱਥੇ ਮਿਸਰ ਤੇ ਗਏ ਨੇ ਵੀ ਜਾਂ ਤੈਨੂੰ ਛੱਡਿਆ ਉਹ ਵਕੀਲ ਨੂੰ ਕਰਕੇ ਮਿਸਰ ਦੇ ਵਿੱਚੋਂ ਫਿਕਰਾਂ ਲਿਆਉਂਦਾ ਵੀ ਇਹਦੇ ਹੱਕ 'ਚ ਕੋਈ ਫਿਕਰਾ ਹੈ ਜਿਸ ਦੇ ਆਸਰੇ ਨੇ ਮੈਨੂੰ ਛੱਡ ਛੱਡ ਮਿਸਰ ਤਾਂ ਹੁੰਦੀ ਹੈ 100 ਵਰਕੇ ਦੀ ਬਣੀ ਹੋਈ ਉਹਨੂੰ ਸਜ਼ਾ ਹਾਕਮ ਨੇ ਇੱਕ 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 ਫਿਕਰੇ ਦੇ ਦੇਣੀ ਹੈ ਵੀ ਐਸ਼ ਅਗਵਾਹ ਦੇ ਬਿਆਨ ਨਾਲ ਮੈਨੂੰ ਸਜ਼ਾ ਦੇ ਦੇਣੀ ਜਿਹਨੇ ਛੱਡਣਾ ਹੈ ਇਸੇ ਰੋਟੀ ਮਿਸਰ ਦੇ ਵਿੱਚੋਂ ਇੱਕ ਗਵਾਹ ਦਾ ਬਿਆਨ ਲੈ ਲੈਣਾ ਵੀ ਐਸ਼ ਬਿਆਨ ਦੀ ਸਹੂਲਤ ਨਾਲ ਐਸ ਰੂਹ ਨਾਲ ਮੈਂ ਤਾਜੀ ਨੇ ਆਤਰਾ ਟਕਾ ਕੇ ਇਹਨੂੰ ਛੱਡ ਹੁਣ ਇੱਕ ਦਾ ਮਿਸਰ ਦੇ ਕੇ ਛੱਡਣਾ ਮਿਸਰ ਪਈ ਰਹੇ ਸਾਰੀ ਉਸਨੂੰ ਕਹਿੰਦਾ ਵੀ ਮਿਸਰ ਵਿੱਚੋਂ ਤੁਸੀਂ ਆਪਣੇ ਵਕੀਲ ਨੂੰ ਕਹੋ ਇਹਦੇ ਹੱਕ ਵਿੱਚ ਕੋਈ ਫਿਕਰ ਹੈ ਮਿਸਰ ਦਾ ਬਹੁਤ ਮੈਨੂੰ ਬਹੁਤ ਫਿਕਰੇ ਹੁੰਦੇ ਨੇ ਕੋਈ ਮੁਦਈ ਦਾ ਹੁੰਦਾ ਹੈ ਕੋਈ ਮੁੱਦੇ ਲੈਣ ਦਾ ਹੁੰਦਾ ਹੈ ਕਿਸੇ ਗਵਾਹ ਦਾ ਹੁੰਦਾ ਹੈ ਕਿਸੇ ਸਫਾਈ ਵਾਲਾ ਦਾ ਹੁੰਦਾ ਹੈ ਜਿਹੜਾ ਉਹਦੇ ਹੱਕ 'ਚ ਆਉਂਦਾ ਤੁਸੀਂ ਉਹਨੇ ਉਹਨੂੰ ਮੁੱਦੇ ਲੈ ਕੇ ਕਹਿੰਦੇ ਨੇ ਵੀ ਐਸ਼ ਕਰਕੇ ਮੈਂ ਇਸਨੂੰ ਇਹਦੀ ਉਮਰ ਸ਼ਿਆਣੀ ਹੈ ਵੱਡੀ ਹੈ ਮੈਂ ਰਹਿਣ ਪਾਈ ਵੀ ਛੱਡਣਾ ਪਰ ਨਾਲ ਦੱਸੂਗਾ ਵੀ ਐਸ਼ ਕਾਨੂੰਨ ਮੈਂ ਛੱਡਣਾ ਸਿੱਧਾ ਛੱਡਣ ਦਾ ਕਾਨੂੰਨ ਕਦਮ ਹੁੰਦਾ ਫਿਰ ਜੀ ਹਾਕਮ ਨੇ ਸਾਹਮਣੇ ਕਹੀ ਸੀ ਕਿ ਮੈਂ ਇਹ ਨਹੀਂ ਤਾਕਤ ਦਾ ਮਾਲਕ ਹਾਂ ਇਹ ਬਿਲਕੁਲ ਬਾਦਸ਼ਾਹ ਨਹੀਂ ਛੱਡ ਸਕਦਾ ਉਹਨੇ ਵੀ ਮਿਸ਼ਨ ਦੇ ਵਿੱਚ ਉਹਨੂੰ ਪਤਾ ਲੈਣਾ ਉਹਦੇ ਚੋਂ ਵੀ ਮੈਂ ਐਸ਼ ਮਿਸ਼ਨ ਦੇ ਉਧਾਰ ਨਾਲ ਉਹਨੇ ਲਿਖਿਆ ਵੀ ਮੈਂ ਐਸ ਦੇ ਨਾਲ ਇਹਨੂੰ ਬਰੀ ਕਰਨਾ ਸਾਡੇ ਇੱਕ ਐਸ਼ ਸਾਲ ਦੇ ਵਿੱਚ ਹੋ ਗਏ ਹੋਣ ਸਾਡੇ ਜਦ ਨੂੰ ਚਿਰ ਨਹੀਂ ਲੱਗਦਾ 20 ਸਾਲ ਹੋ ਗਏ ਉਹਨਾਂ ਨੇ ਬਾਹਰ ਤਰੇਡ ਦੇ ਵਿੱਚ ਮੁਕਦਮਾ ਸੀਗਾ ਦੀਵਾਨੀ ਮੁਕਦਮਾ ਸੀ ਲੁਧਿਆਣੇ ਦੇ ਵਿੱਚ ਬਸਰਾਮ ਪਿੰਡ ਹੈ ਉੱਥੇ ਦੇ ਦੋ ਭਰਾ ਤੇ ਉਹ ਇੱਕ ਗੁਜ਼ਰ ਗਿਆ 33 ਦੂਜਾ ਹੈਗਾ ਉੱਥੇ ਦੀ ਪਿੰਡ ਦੀ ਨੰਬਰਦਾਰੀ ਵੀ ਉਹਨਾਂ ਉਹ ਵਿਆਹ ਸੀਗਾ ਛਪਾਰ ਉਹ ਛੋਟਾ ਸੀ ਜਿਹੜਾ ਜਿਉਂਦਾ ਹੈ ਉਹ ਹੁਣ ਤਾਂ ਉਹ ਵੀ ਪ੍ਰਲੋਕ ਚ ਹੈਗਾ ਕਾਫੀ ਉਮਰ ਪਾ ਕੇ ਗਿਆ 100 ਦੇ ਉੱਪਰ ਉਹਨੇ ਉਸ ਲੜਕੀ ਨੂੰ ਪੁੱਛ ਕੇ ਉਹ ਆਈ ਨਾ ਦੋ ਚਾਰ ਸਾਲ ਨਹੀਂ ਹੋਣੇ ਅਗਲੇ ਸਾਰੇ ਹੋਰ ਆਹਰ ਨਹੀਂ ਸੀ ਇਹਨਾਂ ਕੋਲ ਕੋਈ ਹੋਰ ਪਏ ਇਹਨਾਂ ਦਾ ਬੰਦਾ ਹੈ ਨਹੀਂ ਸੀ ਆਪਣੇ ਦੇਸ਼ ਅਵੇ ਦੇਵ ਜੇਠ ਹੋਵੇ ਕਰਦਾ ਹੋਵੇ ਤਾਂ ਉਹ ਉਸਨੂੰ ਰੋਟੀ ਦੇ ਲਾਉਂਦੇ ਨੇ ਰਸ਼ਮ ਇਸ ਕਿੰਨੇ ਇਕੱਠੇ ਹੁੰਦੀ ਉਹਨਾਂ ਨੇ ਇਹਨੂੰ ਪੁੱਛਿਆ ਮੈਂ ਤਾਂ ਸ਼ਾਦੀ ਕਰਾਉਂਗੀ ਵੀ ਮੇਰੀ ਤਾਂ ਅਜੇ ਵਿਆਹੀ ਹੋਈ ਸੀ ਉਹਦੇ ਕਹਿਦੇ ਨੇ ਇੰਤਕਾਲ ਆਪਣੇ ਨੌਂ ਕਰਾ ਲਿਆ 33 ਦਾ ਇੰਤਕਾਲ ਹੋਇਆ ਸੀ ਜਾ ਕੇ 61 ਚ ਦਾਵਾ ਕਰਦਾ ਉਹਨੇ ਸ਼ਾਦੀ ਹੋਰ ਕਰਾ ਲਈ ਦੂਜੀ ਛਪਾਰ ਦੀ ਲੜਕੀ ਸ਼ੀਤੀ ਪਹਿਲਾਂ ਇੱਥੇ ਬਸਰਾਮ ਵਿਆਹੀ ਸੀ ਫਿਰ ਉਹਨੇ ਲਤਾੜੇ ਵਿਆਹ ਸੀ ਜੋ ਬੱਚਾ ਦੇ ਕੇ ਸਾਰੇ ਭਾਈਚਾਰੇ ਦੇ ਰਾਹੀਂ ਉਹਦੇ ਉੱਥੇ ਔਲਾਦ ਹੋ ਗਈ 3 ਬੱਚੇ ਤੇ ਉਹਨਾਂ ਦੀ ਵੀ ਉਹਨਾਂ ਨੇ ਤਰੀਕਾਂ ਲੈ ਕੇ ਦਿੱਤੀਆਂ ਨੇ ਮੁਲਾਜ਼ਮ ਨੇ ਵੀ 3 ਬੱਚੇ ਨੇ ਸ਼ਾਦੀ ਕਰਾਈ ਹੋਈ ਹੈ ਪੰਚਾਇਤ ਨੂੰ ਪੰਚਾਇਤ ਨੇ ਕਰਾਈ ਹੈ ਵੀ ਪਤੀ ਮਰ ਗਿਆ ਬੀਬੀਆਂ ਜੀ ਪਹਿਲੀ ਉਮਰ 'ਚ ਵੀ ਰੋਟੀ ਨੂੰ ਮਾਹਰ ਕਰਨਾ ਚਾਹੀਦਾ ਮਗਰ ਉਸ ਸ਼ੀਸ਼ਨ ਨੇ ਉਹਨੂੰ ਜ਼ਮੀਨ ਦੱਸ ਦਿੱਤਾ ਇਹ ਬੇਅਦਲੀਆਂ ਦਾ ਤਾਂ ਸਵਾਲ ਹੁਣ ਇਹ ਹੈ ਜਦ ਤੁਰ ਪਿਆ ਵੀ ਇੱਕ ਨੇ ਜਾ ਕੇ 10 ਰੁਪਈਏ ਦੇ ਕੇ 43 ਦੀ ਗਦਾਵਰੀ ਕਢਾ ਕੇ 43 ਦੀ ਸਾਰੀ ਗਦਾਵਰੀ ਉੱਥੇ ਦਫ਼ਤਰ ਵਾਲੇ ਨੂੰ 10 ਰੁਪਈਏ ਦਿੱਤੇ ਉਹਨੂੰ ਐਡਮਿਸ਼ਨ ਉਹਨੇ ਤੂੰ ਲੈ ਕੇ ਤੁਸੀਂ ਆਪ ਕੁਛ ਲਿਖੋ ਉਹਨਾਂ ਨੇ ਸਾਰੇ ਆਪਣੀ ਗਰਦਾਵਰੀ ਦੇ ਉੱਤੇ ਜਿੰਨੇ ਨੰਬਰ ਤੇ ਸਾਰਿਆਂ ਦੇ ਵਿੱਚ 43 ਦੀ ਗਰਦਾਵਰੀ ਆਪਣੇ ਖਾਤੀ ਮਹੇਸ਼ ਬੀਬੀ ਤੋਂ ਮੋਹਾਲੇ ਦੇ ਭਾਈ ਇੱਥੋਂ ਦਾ ਸੀ ਅਗਵਾਹ ਦੇਣ ਵਾਲੇ ਇੱਥੇ ਤੱਕ ਵੀ ਲੋਕ ਕਰ ਲੈਂਦੇ ਨੇ ਵੀ ਇਹ ਬੀਬੀ ਨੇ ਸ਼ਾਦੀ ਨਹੀਂ ਕਰਾਈ
ਇਹ ਵਸ਼ਪਤੀ ਦੇ ਭਰੋਸੇ ਤੇ ਬੈਠੀ ਹੈ, ਇਹਨੂੰ ਇਹਦਾ ਹੱਕ ਮਿਲਣਾ ਚਾਹੀਦਾ, ਮੈਂ 43 ਚ ਵਾਰੀ ਹਾਂ। ਉਹ ਗੁਜ਼ਰਿਆ ਸੀ 33 ਦਾ, ਅੱਗੋਂ ਪਿੱਛੇ ਕਿਸੇ ਸਾਲ ਦੀ ਗੁਲਾਮ ਨਹੀਂ ਸੀ, 21 ਸਾਲ ਦੀ ਗਵਾਹ ਨੇ ਵਾਹੀ ਕਿ ਵੀ ਮੈਂ ਵਾਰੀ ਹੈ। ਪਰ ਸ਼ੇਸ਼ਨ ਨੂੰ ਇਹ ਹੋਰ ਸਾਰੀਆਂ ਅਦਾਲਤਾਂ ਦੇ ਉੱਤੇ ਕੋਈ ਜਵਾਬ ਨਹੀਂ ਸੀ। ਉਹਦੀ ਪ੍ਰਸੰਨਤਾ ਨਾਲ ਉਸਨੇ ਉਹ ਜ਼ਮੀਨ ਲਵਾਈ ਸੀ ਲੜਕੀ ਨੂੰ, ਕੋਈ ਉਹਨੂੰ ਦੇ ਪਤਾ ਨਹੀਂ, ਉਹਨੇ ਪੁੱਛ ਕੇ ਲਵਾਈ ਹੈ ਕਿ ਮੈਂ ਸ਼ਾਦੀ ਕਰਾ ਲਈ ਆਪਣੀ ਜ਼ਮੀਨ ਕ੍ਰਿਸ਼ਨਾ ਨੂੰ। 63 ਚ ਆ ਕੇ ਉਹਨੇ ਦਾਅਵਾ ਕਰਤਾ। ਸ਼ੇਸ਼ਨ 6 ਮਹੀਨੇ ਦਾ ਦੇਖਦਾ ਰਿਹਾ, ਉਹ ਸੀ ਲਾਲਚੀ, ਪੈਸੇ ਹੋਰਾਂ ਤੇ ਵੀ ਲੈ ਲੈਂਦਾ, ਸੁਣ ਤਾਂ ਲੈਂਦੇ ਹੀ ਲੈਣ ਵਾਲੇ ਵੀ ਲੈਂਦਾ, ਭਾਈ ਤੁਸੀਂ ਇਹਦੇ ਕੋਲ ਲੈ ਕੇ ਆਪਣਾ ਕੰਮ ਨਜਿੱਠੋ, ਨਹੀਂ ਤੇ ਕਰਨਾ ਨਹੀਂ। ਇਹਨੇ ਸੋਚੀ ਨਾ ਵੀ ਮਿਸ਼ਰ ਤਾਂ ਕੋਈ ਹੈ ਹੀ ਨਹੀਂ, ਉਹਦੇ ਬਰਾਬਰ ਦੇ ਮੁੰਡੇ ਹੋਏ ਨੇ, ਪਿੰਡ ਦੀ ਅਗਵਾਈ ਹੈ, ਸਾਰੀ ਪੰਚਾਇਤ ਨੇ ਤੋਰੀ ਹੈ ਦੂਸਰੀ ਸ਼ਾਦੀ। ਉਹਨੇ ਸ਼ੇਸ਼ਨ ਨੇ ਸ਼ੇਖੜੋ ਦੇ ਨਾਂ ਜ਼ਮੀਨ ਲਾ ਦਿੱਤੀ। ਆਪਣੇ ਰਸਮ ਸ਼ੇਖੇ ਬੀਬੀ ਦਾ ਨਾਮ ਬੱਚਿਆਂ ਦੇ ਪਦਰਸ ਵੇਲੇ ਲਿਖਦੇ ਹੀ ਨਹੀਂ, ਬਾਪ ਦਾ ਹੀ ਲਿਖਦੇ, ਨਾ ਦਾਦੇ ਦਾ ਲਿਖਦੇ, ਨਾ ਪਿਓ ਦਾ ਲਿਖਦੇ, ਨਾ ਮੈਂ ਦਾ ਨਾਮ ਨਹੀਂ ਸੀ ਲਿਖਦੀ, ਦਾਦੇ ਦਾ ਨਹੀਂ ਸੀ ਲਿਖਦੀ, ਕਹਿੰਦਾ ਪਿਓ ਦਾ ਨਾਮ ਲਿਖ ਦਿੰਦੇ। ਆ ਹੁਣ ਜਦ ਦੇਸ਼ ਜਦ ਆਪਣੀ ਸਰਕਾਰ ਨੇ ਚਲੇ ਨੇ, ਹੁਣ ਦਾਦੇ ਦਾ ਵੀ ਲਿਖਦੇ ਨੇ ਪਰਿਵਾਰ 'ਚ, ਬੱਚਾ ਪੈਦਾ ਉਸ ਸਮੇਂ ਪਿਓ ਦਾ ਵੀ ਲਿਖਦੇ ਨੇ, ਦਾਦੇ ਦਾ ਵੀ ਲਿਖਦੇ, ਮਾਂ ਦਾ ਵੀ ਲਿਖਦੇ ਨੇ। ਉਹ ਕਹਿੰਦਾ ਵੀ ਇਹ ਬੱਚਿਆਂ ਦੀ ਸਮੁਤੀ ਜਿਹੜੀ ਇਹਦੀ ਹੈਗੀ, ਉਹ ਫਲਾਣੇ ਮਾਸਟਰ ਦੇ ਲੜਕੇ ਨੇ, ਉੱਥੇ ਬੀਬੀ ਕਿਸੇ ਦਾ ਨਾਂ ਨਹੀਂ, ਉਹ ਕਿਸੇ ਹੋਰ ਬੀਬੀ ਦੇ ਕੁੱਖੋਂ ਹੋਏ ਹੋਣਗੇ, ਇਸ ਬੀਬੀ ਦਾ ਉੱਥੇ ਨਾਂ ਨਹੀਂ ਹੈ ਵੀ ਇਹਦੇ ਬੱਚੇ ਨੇ। ਇਸ ਲਈ ਮੈਂ ਕਹਿੰਦਾ ਵੀ ਇਹ ਬੀਬੀ ਪਤੀ ਦੇ ਭਰੋਸੇ ਤੇ ਬੈਠੀ ਹੈ ਤੇ ਕੋਈ ਔਲਾਦ ਨਹੀਂ ਹੈ, ਮੈਂ ਇਹਦੇ ਨਾਲ ਜ਼ਮੀਨ ਲਾਉਂ। ਉਹ ਲਾ ਲਿਆ। ਹੁਣ ਉਹਨਾਂ ਨੇ ਕਰਦਾ ਖੈਰ ਮਿਸ਼ਨ 'ਚ ਹੈ ਨਹੀਂ ਸੀ, ਮੈਂ ਅਪੀਲ 'ਚ ਫਿਰ ਲੈ ਕੇ ਮੈਂ ਤਾਂ ਗਿਆ, ਉਹ ਅਪੀਲ ਦੇ ਵਿੱਚ ਮਾਸਟਰ ਹਾਰ ਗਿਆ। ਮਾਸਟਰ ਨੂੰ ਇਸਨੇ ਕਿਸੇ ਨੇ ਸਿਖਾ ਸਕੂਲ ਦਿੱਤਾ, ਮਾਸਟਰ ਸੀ ਟਾਈਮ ਨਾਲ ਸੈਨਾ ਦਾ ਬੜਾ ਸੀ, ਪਰ ਕੋਈ ਹਾਰ ਤਾਂ ਗਿਆ, 3-4 ਸਾਲ ਮਗਰ ਨੂੰ ਚੱਲਦਾ ਰਿਹਾ ਉਹਨਾਂ ਦਾ। ਮਗਰ ਅਦਰ ਦੇ ਵਿੱਚ ਸਵਾਲ ਸੀ ਇਹ ਵੀ ਦੇਵਤਿਆਂ ਰਾਕਸ਼ਾਂ ਦੀ ਲੜਾਈ ਦੇ ਵਿੱਚ ਇਹ ਪ੍ਰਤੀਬੱਧਤਾ ਧਰਮ ਵਿੱਚ ਜਿੱਥੋਂ ਸਹਾਇਤਾ ਮਿਲਦੀ ਹੈ, ਇਹ ਡੂਬਦਾ ਇੱਕ ਵਿਹਾਰ ਮੰਤਰ ਦੇ ਗਿਆ ਵੀ ਹਾਕਮ ਜਦੋਂ ਜਿੰਨੀ ਜਿੰਨੀ ਗੁਨਾਹ ਹੋ ਜਾਂਦਾ ਉਹੋ ਜਿਹੇ ਕਾਨੂੰਨ ਨਵੇਂ ਬਣ ਜਾਂਦੇ। ਪਹਿਲਾਂ ਇਹ ਕਾਨੂੰਨ ਸੀ, ਇਹੀ ਗੱਲ ਹੀ ਨਹੀਂ ਸੀ ਆਈ, ਹੁਣ ਆਉਣ ਲੱਗ ਗਈਆਂ, ਤਾਂ ਹੁਣ ਇਹ ਕਾਨੂੰਨ ਦੇ ਵਿੱਚ ਵੀ ਹੋ ਗਈ ਵੀ ਜਦੋਂ ਪੈਦਾਇਸ਼ ਵੇਲੇ ਮਾਤਾ ਦਾ ਨਾਮ ਲੈ ਕੇ ਐਸ਼ ਮੁਲਕ ਦੀ ਸ਼ਬਦਤਾ ਹੈਗੀ, ਪਹਿਲੀ ਔਲਾਦ ਬੀਬੀ ਪਤੀ ਦਾ ਨਾਮ ਨਹੀਂ ਲਿਖਦੇ, ਬੀਬੀ ਲਿਖਾ ਦੇਵੇ, ਪੁੱਤੇ ਪੁੱਤਾ ਧਰਮ ਦਾ ਲਿਖਾ ਦੇਵੇ, ਪਹਿਲੀ ਔਲਾਦ ਨੂੰ ਨਹੀਂ ਪੁੱਛਦੇ, ਇਹਨਾਂ ਤੇ ਹੈ ਗੈਂਟੀਆਂ 'ਚ ਇੱਥੇ ਦੀ ਰਸਮ ਹੈ, ਦੂਸਰੀ ਔਲਾਦ ਨੂੰ ਪਿਓ ਦਾ ਨਾਮ ਲਿਖਦੇ ਨੇ। ਆਪਣੇ ਮਾਨਦਾਰੀ ਲਿਖਦੇ ਇੱਥੇ ਦੀ ਜਾਇਦਾਦ ਵੀ ਜਿਹੜੀ ਹੈ ਐਸ਼ ਕੈਂਟੀ ਦਾ ਨਵੇਂ ਪੱਕਾ ਬੰਦਾ, ਜਿਹੜੇ ਯਹੂਦੀ ਨੇ ਦਾਸ ਦਾ ਰਾਜ ਕੀਤਾ ਸੀ ਸ਼ਿਮਾਰੀ ਦੇ, ਉਹਨੇ ਦੱਸਿਆ ਵੀ ਮੈਂ ਇੱਥੇ ਈਸਾਈਆਂ ਦੇ ਬਿਆਨ ਹਾਂ, ਮੈਂ ਯਹੂਦੀ ਵੀ, ਹੁਣ ਮੇਰੀ ਜਿਹੜੀ ਔਲਾਦ ਹੋਊਗੀ ਉਹ ਈਸਾਈ ਹੋਊਗੀ। ਇੱਥੇ ਔਲਾਦ ਬੀਬੀਆਂ ਮਗਰ ਜਾਂਦੀ ਹੈ, ਸਾਡੀ ਕੈਂਟਰੀ ਦੀ ਔਲਾਦ ਮਨੁੱਖ ਜਿਹੜੀ ਜਾਇਦਾਦ ਹੈ ਉਹ ਜਦੀ ਉਹ ਬੀਬੀ ਦੀ ਨਹੀਂ ਪਿਤਾ ਜੀ ਆਉਂਦੀ ਹੈ, ਹੁਣ ਇਹਨਾਂ ਨੂੰ ਕਾਨੂੰਨ ਤਾਂ ਕਰਦਾ ਹੀ ਭੈਣ ਭਰਾਵਾਂ ਨੂੰ ਕੁਝ ਹੋ ਜਾਏ, ਮਗਰ ਅੱਗੇ ਨਹੀਂ ਸੀ ਇਹ ਕਾਨੂੰਨ ਹੈ, ਬੀਬੀ ਨੂੰ ਪਤੀ ਦੀ ਜ਼ਮੀਨ ਮਿਲਦੀ ਸੀ, ਭਰਾ ਦੀ ਨਹੀਂ ਸੀ, ਪਿਓ ਦੀ ਨਹੀਂ ਸੀ, ਨਾ ਲੜਕੀਆਂ ਨੂੰ ਮਿਲਦੀ ਸੀ ਪਤੀ ਮਰੇ, ਹੁਣ ਲੜਕੀਆਂ ਨੂੰ ਵੀ ਮਿਲਦੀ ਹੈ। ਇਸ ਵਕਤ ਦੀ ਜਵਾਨ ਉਹਨਾਂ ਨੇ ਇੱਕ ਨਵਾਂ ਕਾਨੂੰਨ ਬਣਾਇਆ ਹਿੰਦੂ ਕੋਰਟ ਬਿੱਲ, ਉਹਦੇ ਵਿੱਚ ਇਹਨਾਂ ਨੇ ਸਾਰੇ ਭੈਣ ਭਰਾਵਾਂ ਦਾ ਇਸ਼ਾਰ ਵਿੱਚ ਤਾਂ ਕਹਿੰਦੇ ਵੀ ਮਿਨਿਸਟਰ ਟਾਈਮ ਦਾ ਪ੍ਰਾਈਮ ਮਿਨਿਸਟਰ ਸੀਗਾ, ਉਹਦੇ ਇਕੱਲੀ ਲੜਕੀ ਸੀ, ਉਹਨੇ ਆਪਣੀ ਲੜਕੀ ਨੂੰ ਮੁੱਖ ਰੱਖ ਕੇ ਸਾਰੀਆਂ ਲੜਕੀਆਂ ਨੂੰ ਦਿੱਤਾ। ਇਹ ਜਵਾਹਰ ਲਾਲ ਨੇ ਬਣਾਇਆ ਕਾਨੂੰਨ, ਇਹ ਕਾਨੂੰਨ ਬਣਾ ਲਿਆ ਸਾਰੇ, ਕਿਉਂਕਿ ਉਹ ਪ੍ਰਾਈਮ ਮਿਨਿਸਟਰ ਸਾਰੇ ਮੁਲਕ ਦਾ ਮਾਲਕ ਸੀ, ਇਹ ਕਾਨੂੰਨ ਬਣਾ ਲਿਆ ਵੀ ਜਿੰਨੇ ਭਰਾ ਨੇ ਉਹਨੂੰ ਸਾਰਿਆਂ ਨੂੰ ਇੱਕੋ ਜਿਹੇ ਹਿੱਸੇ ਵਜਾਣੇ, ਭੈਣਾਂ ਹੋਣ ਭਰਾ ਹੋਣ। ਪਰ ਪਿਤਾ ਦੇ ਗੁਜ਼ਰਨ ਤੋਂ ਬਾਅਦ ਉਹ ਹਜੇ ਹਿੱਸਾ ਮੰਗਦਾ, ਚਾਹੇ ਉਹਨੂੰ ਵੇਚ ਲੈ, ਜੇ ਪਤੀ ਦੇ ਮਗਰ ਔਲਾਦ ਨਾ ਹੋਵੇ ਤਾਂ ਉਹਦਾ ਹਿੱਸਾ ਸਾਰਾ ਪਤੀ ਦੇ ਲੜਕੀ, ਔਲਾਦ ਹੋਵੇ ਤਾਂ ਫਿਰ ਉਹ ਇੱਕੋ ਹੀ ਹੈ, ਜਿਹਨੇ ਔਲਾਦ ਨੂੰ ਨਹੀਂ ਮੰਗ, ਚਾਹੇ ਆਟੋਮੈਟਿਕ ਕੋਈ ਆਪਣੀ ਵੇਚਦਾ ਜਾਂ ਕਿਵੇਂ ਕਰੇ, ਰਸ਼ੀਦ ਕਰਾ ਸਕਦਾ ਹਿੱਸੇ ਦੇ ਕੇ। ਇਹਨਾਂ ਗੱਲਾਂ ਨੂੰ ਹੁਣ ਛੱਡ ਕੇ ਵਿਹਾਰੀ ਗੱਲ ਹੈ, ਜਿੱਥੇ ਆਪਾਂ ਨੂੰ ਤਲਕ ਘੱਟ ਨੇ, ਨਾਲੇ ਇਸ ਦਰਬਾਰ ਵਿੱਚੋਂ ਕੋਈ ਲਾਭ ਲੈਣਾ, ਆਪਣੇ ਆਤਮਿਕ ਬੋਧ ਦਾ, ਆਪਣੇ ਸੁੱਖ ਦਾ, ਜਿਤਨੇ ਸਾਧਨ ਹੁੰਦੇ ਨੇ ਸੁੱਖ ਦੇ ਸ਼ਬਦ ਨੂੰ ਅਸੀਂ ਸਾਰੇ ਜਾਣਦੇ ਹਾਂ, ਪਰ ਅਸੀਂ ਇਹ ਨਹੀਂ ਜਾਣਦੇ ਵੀ ਸੁੱਖ ਹੈ ਕਿਹੜੀ ਗੱਲ 'ਚ। ਆਪਣੀ ਆਪਣੀ ਅਸੂਲ ਨੂੰ ਜਾਣਦੇ, ਨਿਆਣੇ ਨੂੰ ਅਸੂਲ ਹੁੰਦਾ ਵੀ ਮਿੱਠਾ ਬੜਾ ਸੋਹਣਾ ਲੱਗਦਾ ਹੈ, ਜੇ ਆਵਾਗਮਨ ਮਿੱਠਾ ਕੱਚਾ ਸ਼ਕਨ ਜਾਏ ਤਾਂ ਫਿਣਸੀਆਂ ਨਿਕਲ ਆਉਣੀ ਹੈ, ਖੂਨ ਕੱਚਾ ਜਾਂਦਾ ਰਹਿੰਦਾ, ਉਸ ਸੁੱਖ ਦੇ ਵਿੱਚ ਦੁੱਖ ਹੈ। ਅਸੀਂ ਇਸ ਵੱਲ ਸਾਰੇ ਬਾਹਰਲੇ ਸੁੱਖਾਂ ਨੂੰ ਵੀ ਨਹੀਂ ਜਾਣਦੇ, ਇਹ ਵੀ ਮੁਸ਼ਕਿਲ ਪੁੱਛਣਾ ਪਊ ਕਿਹੜੇ ਅਸੂਲ ਵਰਤਣ ਦੇ ਵਿੱਚ ਸੁੱਖ ਹੈ, ਕਿਹੜੇ ਦੇ ਵਿੱਚ ਦੁੱਖ ਹੈ।
ਆਪਣੀ ਮਰਜ਼ੀ ਨਾਲ ਕਿਨੇ ਇਸ ਸੁੱਕ ਜਾਣ ਕੋ ਨਾ ਉਹ ਨਾ ਨਿਕਲ ਜਾਣਾ ਜਦੋਂ ਨਿਦਾਨ ਬੱਚਾ ਸੱਪ ਨੂੰ ਕੂੜਾ ਦੇਣ ਕੇ ਫੜ ਲਵੇ ਮਗਰ ਸੱਪ ਕੋਲੇ ਕੂੜਾ ਤਾਂ ਫੜੇ ਤੂੰ ਮੂੰਹ ਚ ਰਹਿ ਲੈ ਜੇ ਉਹ ਮੂੰਹ ਲਾ ਦੇਵੇ ਆਦਮੀ ਮਰ ਜਾਵੇ ਉਸਦੀ ਸ਼ਕਤ ਨਹੀਂ ਕਰਦਾ ਡਰਦਾ ਹਾਂ ਮੂੰਹ ਤੇ ਉਹਦੇ ਤੇ ਬਾਕੀ ਸਾਰਾ ਪਿੰਡ ਉਹਦਾ ਬਹੁਤ ਕੋਮਲ ਹੈ ਬਹੁਤ ਨਰਮ ਹੈ ਇਸ ਨੂੰ ਕਿਹਾ ਉਹਨੂੰ ਵੀ ਦੇਵਤਾ ਹੀ ਹੈ ਦੇਵਤਾ ਸੀ ਸਾਡੇ ਇੱਕ ਸਿੰਘ ਨੇ ਮੈਂ ਕਹਿੰਦਾ ਫੌਜ ਨੂੰ ਛੱਜੂ ਉਹਦਾ ਨਾਮ ਸੀ ਖੰਨੇ ਦੇ ਇਲਾਕੇ ਵਿੱਚ ਸੀ ਸਮਰਾਲਾ ਤਹਿਸੀਲ ਵਿੱਚੋਂ ਉੱਥੇ ਇੱਕ ਪਿੰਡ ਆ ਉਗਰਮ ਦਾ ਤੇ ਮੈਨੂੰ ਤੁਰਦੇ ਨੂੰ ਪਿੰਡ ਜ਼ਿੰਦਾ ਥੋੜ੍ਹੀ ਜਿਹੀ ਜ਼ਿੰਮੇਦਾਰਾਂ ਨੂੰ ਉੱਠਣਾ ਸੀ ਮੈਂ ਸ਼ੌਂਕ ਸੀ ਮੈਂ ਫੌਜ 'ਚ ਜਾਵਾਂ ਪਿੰਡੋਂ ਨਿਕਲਦੇ ਨੂੰ ਮੈਂ ਝੋਟ ਝੋਟਾ ਮਿਲਿਆ ਕਹਿੰਦੇ ਵੀ ਤਾਂ ਬਹੁਤ ਅਫਸਰ ਹੋਇਆ ਕਹਿੰਦੇ ਝੋਟਾ ਮਿਲਿਆ ਕਹਿੰਦਾ ਮੈਂ ਉਸਨੂੰ ਨਮਸਕਾਰ ਕੀਤੀ ਵੀ ਦੇਵਤਾ ਮੈਂ ਵੀ ਇਹੋ ਜਿਹੇ ਬੜੀ ਉਮਰ ਤੇਰੇ ਬੰਦਾ ਮੈਨੂੰ ਵੀ ਵਰ ਦੇ ਉਹ ਫੌਜ ਦੇ ਵਿੱਚ ਭਰਤੀ ਵੀ ਹੋ ਗਿਆ ਉਸਨੂੰ ਉਸ ਵਕਤ ਪੋਸਟ ਮਿਲ ਗਈ ਉਹਦਾ ਵੀ ਪਾ ਗਿਆ ਫਿਰ ਉਹ ਜਦੋਂ ਆਇਆ ਮੇਜਰ ਬਣ ਕੇ ਆਇਆ ਸੀ ਮੇਜਰ ਬਣ ਕੇ ਪੁੱਛਣ ਲਈ ਕਿਉਂ ਉੱਪਰ ਵੀ ਵੈਸੇ ਉਹਦੇ ਨੇ ਸਿਪਾਹੀ ਭਰਤੀ ਹੋ ਗਏ ਮੇਜਰ ਨੇ ਫਿਰ ਮੈਨੂੰ ਤਾਂ ਛੋਟੇ ਨਹੀਂ ਜਿੰਨਾ ਵਰ ਦਿੱਤਾ ਮੈਂ ਮੈਦਾਨ ਜ਼ਿਮੀਂਦਾਰ ਦਾ ਅਨਪੜ੍ਹ ਜ਼ਿਮੀਂਦਾਰ ਸੀ ਉਹਨਾਂ ਨੇ ਥੋੜ੍ਹੀ ਜਿਹੀ ਰੋਮਨ ਸਿਖਾ ਲਈ ਆ ਕੰਮ ਰਹਿਮ ਚ ਰਹਿ ਗਿਆ ਮੇਜਰ ਛੱਜੂ ਦਾ ਨਾਮ ਛੱਜਾ ਸਿੰਘ ਬਣ ਗਿਆ ਇੱਥੇ ਸੰਗਤਾਂ ਦੇ ਵਿੱਚ ਕਾਫ਼ੀ ਹਿੱਸਾ ਜਿਹਾ ਹੁਣ ਤਸਵੀਰ ਛੱਡ ਗਿਆ ਇੱਥੋਂ ਸੰਗਤਾਂ ਅਤੇ ਉਹਦੀ ਸਾਰੀ ਜਵਾਨੀ ਸੁਣੀ ਹੋਈ ਗੱਲ ਮੈਂ ਦੱਸਦਾ ਸ਼ਗਨ ਆਪ ਸ਼ਗਨ ਮਨ ਦੀ ਆਪਣੀ ਮਨੌਤ ਹੈ ਲੋਕ ਕਹਿੰਦੇ ਛੋਟਾ ਮਾੜਾ ਹੁੰਦਾ ਉਹ ਕਹਿੰਦਾ ਮੈਂ ਛੋਟੇ ਨੂੰ ਮੱਥਾ ਟੇਕਿਆ ਮੈਂ ਇਸ ਤਰ੍ਹਾਂ ਤੂੰ ਇਹਦੇ 'ਚ ਰਹਿ ਉਹਦੀ ਆਪਣੀ ਮਨੌਤ ਹੈ ਆਪ ਸ਼ਗਨ ਕੋਈ ਚੀਜ਼ ਦਾ ਨਹੀਂ ਹੈ ਸਜਣੋ ਸਾਰਿਆਂ ਦੇ ਵਿੱਚੋਂ ਗੱਲ ਪੁਰਖ ਹੈ ਮੰਨ ਲਿਆ ਇਹਨਾਂ ਨੇ ਵੀ ਖਾਲੀ ਘੜੇ ਵਾਲੀ ਬੀਬੀ ਚੰਗੀ ਨਹੀਂ ਹੁੰਦੀ ਜੇ ਖਾਲੀ ਲਈ ਆਉਂਦੇ ਹੋਵੇ ਪਾਣੀ ਦਾ ਭਰਿਆ ਵਾਲਾ ਚੰਗੀ ਹੁੰਦੀ ਸ਼ਬਦ ਵਿੱਚ ਲਿਖ ਗਏ ਵੀ ਇਹ ਅਪਸ਼ਗਨ ਸਜਣ ਬਾਬਾ ਜੀ ਨੇ ਇੰਨੀ ਬਗਤੀ ਦਿੱਤੀ ਸੀ ਸ਼ਗਨ ਅਪਸ਼ਗਨ ਕਿਸ ਨੂੰ ਲੱਗਾ ਜਿਸ ਚਿੱਤ ਨਾਲ ਹੈ ਭਾਈ ਸਾਹਿਬ ਜੀ ਨੇ ਇਹਨਾਂ ਕਰਕੇ ਦੱਸ ਦਿੱਤਾ ਸਜਾਉਣ ਦਾ ਮਨਾਹੀ ਕੀਤੀ ਹੈ ਪੱਕੀ ਵੀ ਇਹ ਬਿਲਕੁਲ ਵਹਿਮ ਨੇ ਇਹ ਵਹਿਮ ਮੈਲੇ ਹਿਰਦੇ ਤੇ ਟਿਕ ਦਿੰਦੇ ਨੇ ਜਿੱਥੇ ਹਿਰਦਾ ਬੰਦਗੀ ਨਾਲ ਸ਼ੁੱਧ ਹੋ ਜਾਓ ਉੱਥੇ ਵਹਿਮ ਜਾਂਦਾ ਰਹਿੰਦਾ ਸੱਜਾ ਖੱਬਾ ਸੌਣ ਨਾ ਮਨ ਮੁਸਾਵੀ ਕਿਹੜੀ ਨਾਲ ਚੱਲਦੀ ਹੈ ਸੁਰ ਦਾ ਅੱਗੇ ਦੇਖਣਾ ਵੀ ਮੈਂ ਗ੍ਰਹਿ ਜਾਣਾ ਕਿਹੜੀ ਸੁਰ ਚੱਲਦੀ ਹੈ ਉਹਨੇ ਇੱਥੇ ਇਸੇ ਪੰਕਤੀ ਤੋਂ ਪ੍ਰਕਰਨ ਚੁੱਕਿਆ ਸੱਜਾ ਖੱਬਾ ਸੌਣ ਨਾ ਮਨ ਮੁਸਾਵੇ ਨਾਰੀ ਪੁਰਖਾ ਦੇਖਣਾ ਪਰਾ ਹਟਾਵੇ ਪਾਖ ਸਪਾਖ ਵਿਚਾਰ ਨਾ ਛਿੱਕ ਮਨਾਵੇ ਗੁਰੂ ਸੱਚਾ ਖੇਤ ਬੀਜ ਫਲਾਵੇ ਗੁਰੂ ਕਿਤਾ ਜਿਹੜੀ ਗੁਰੂ ਦਾ ਸ਼ਬਦ ਮੁੱਖ ਰੱਖਣਾ ਹਰ ਪਹਿਲੂ ਦੇ ਕਵੀ ਸ਼ਬਦ ਦੇ ਵਿੱਚ ਗੁਰੂ ਨੂੰ ਮੁੱਖ ਰੱਖਣਾ ਉਹਨੂੰ ਕੋਈ ਅਪਸ਼ਗਨ ਨਹੀਂ ਉਹਨੂੰ ਸਾਰੇ ਸਮਝ ਨਹੀਂ ਸਕਦਾ ਚੀਜ਼ ਇਹ ਜਾਣ ਵਾਲੀ ਹੈ ਇਹਨੇ ਆਪਣੇ ਸਮੇਂ ਨੇ ਕਾਇਮ ਚਲੇ ਜਾਣੇ ਕਿੰਨੀ ਯਤਨ ਕਰਨਾ ਜਿਹੜੀ ਇਹ ਗਮੀ ਸ਼ਬਦ ਨੇ ਸ਼ਗਨ ਅਪਸ਼ਗਨ ਦੇ ਨਿਕਲਣੇ ਹਿਰਦਾ ਖਾਲੀ ਹੈ ਭਜਨ ਉੱਥੇ ਜ਼ਰੂਰ ਟਿਕੇਗਾ ਜਿੱਥੇ ਹੌਸਲਾ ਹੈ ਵੀ ਮੈਨੂੰ ਘਾ ਲੈ ਕੇ ਮਿਲਿਆ ਤੁਸੀਂ ਬੜਾ ਸ਼ਗਨ ਹੈ ਉਹਦੇ ਨਾਲ ਵੀ ਲੱਭ ਸਕਣ ਦੋ ਉਹ ਦੋਨੋਂ ਹੀ ਨਹੀਂ ਮੰਨਦਾ ਵੀ ਮੈਨੂੰ ਸ਼ਗਨ ਹੀ ਸ਼ਗਨ ਜਾਂ ਗੁਰੂ ਚੇਤੇ ਹੈ ਸਾਰੇ ਸ਼ਗਨ ਹੀ ਨੇ ਸ਼ਗਨ ਅਪਸ਼ਗਨ ਕਿਸ ਨੂੰ ਲੱਗਿਆ ਜਿਸ ਚਿੱਤ ਨਾਲ ਹੋਏ ਜਿੱਥੇ ਵਾਹਿਗੁਰੂ ਵਿਸਰੇਗਾ ਉੱਥੇ ਇਹ ਚੀਜ਼ਾਂ ਦੇ ਵਹਿਮ ਚ ਪਵੇਗਾ ਜਿੱਥੇ ਵਾਹਿਗੁਰੂ ਚੇਤੇ ਆ ਜਦੋਂ ਹਰ ਚੀਜ਼ ਚ ਵਾਹਿਗੁਰੂ ਹੈ ਫਿਰ ਅਪਸ਼ਗਨ ਦਾ ਕਿਹੜੀ ਚੀਜ਼ ਹੈ ਵਾਹਿਗੁਰੂ ਤੇ ਬਿਨਾਂ ਬੰਦਗੀ ਦੇ ਵਿੱਚ ਇਹ ਥਿਉਰੀਆਂ ਮਿਲਦੀਆਂ ਜਾਣੀ ਉਹਦੀ ਜਿਹਨਾਂ ਦੇ ਹਿਰਦੇ ਚ ਬੰਦਗੀ ਹੈਗੀ ਹੁਣ ਤਾਂ ਅਸੀਂ ਸਾਰੇ ਹੀ ਲੱਭਦੇ ਹਾਂ ਆਪਾਂ ਸਾਰੇ ਪੜ੍ਹੇ ਹੋਏ ਨਾ ਪੜ੍ਹਾਈ ਤਾਂ ਉਸੇ ਦੇ ਕੋਲ ਆਊਗੀ ਜੇ ਉਸਤਾਦ ਕੋਲੇ ਜਾ ਕੇ ਪੜ੍ਹੀ ਜਾਏ ਜਮੇ ਦਮਾਂ ਨੂੰ ਸਾਰੇ ਹੀ ਪੰਜਾਬੀ ਜਿਸ ਦੇਸ਼ ਬਣੇ ਉੱਥੇ ਦੀ ਭਾਸ਼ਾ ਸਿੱਖਿਆ ਨੂੰ ਸੁਣ ਕੇ ਆ ਜਾਣਗੇ ਖਤ ਨਹੀਂ ਦੇ ਸਕਦਾ ਉਸ ਜਦ ਖਤ ਉਹਨੇ ਪੜ੍ਹਿਆ ਦੂਸਰੀ ਭਾਸ਼ਾ ਦੇ ਵਿੱਚ ਵੀ ਉਹ ਮਾਮੇ ਐਮ ਏ ਕਰਦੇ ਸੋਲਾਂ ਨੂੰ ਕਹਿੰਦੇ ਐਮ ਏ ਅੰਗਰੇਜ਼ੀ ਚ ਸੋਲਾਂ ਪੜ੍ਹਿਆ ਹੋਇਆ ਜੇ ਪੰਜਾਬੀ ਨਹੀਂ ਪੜ੍ਹੀ ਜੰਮਿਆ ਵੀ ਪੰਜਾਬ ਦਾ ਹੈ ਪੰਜਾਬ ਦੀ ਜਿਹੜੀ ਮਾਦਰੀ ਬੋਲੀ ਪੀਰਾਂ ਨਾਲ ਪੜ੍ਹਦਾ ਉਹ ਆਊਗੀ ਅੱਖਰ ਨਹੀਂ ਜਦ ਅੱਖਰ ਨਹੀਂ ਪੜ੍ਹਿਆ ਚਿੱਠੀ ਨਹੀਂ ਪੰਜਾਬੀ ਚੋਂ ਨਹੀਂ ਪੜ੍ਹਨੀ ਭਾਵੇਂ ਅੰਗਰੇਜ਼ੀ ਦੇ ਇੰਗਲਿਸ਼ ਦੇ ਵਿੱਚ ਅਰਬੀ ਦੇ ਵਿੱਚ ਫਾਰਸੀ ਦੇ ਵਿੱਚ ਇਹਨਾਂ ਲਿਪੀਆਂ ਦੇ ਵਿੱਚ ਉਸਨੇ ਐਮ ਏ ਕਰ ਲਿਆ ਪੰਜਾਬੀ ਦਾ ਅੱਖਰ ਨਹੀਂ ਪੜ੍ਹਿਆ ਫਿਰ ਉਹ ਪੰਜਾਬੀ ਦਾ ਕਦਮ ਨਹੀਂ ਪੜ੍ਹ ਸਕਦਾ ਉਹ ਜਿਹੜਾ ਕਿਸੇ ਨੇ ਪੜ੍ਹਿਆ ਉਹ ਹੀ ਪੜ੍ਹੇਗਾ ਜਿਹਨੇ ਪੜ੍ਹਿਆ ਹੋਇਆ ਇਹਦਾ ਫਿਰ ਉਸਤਾਦ ਕੋਲੋਂ ਆਉਣੀ ਹੈ ਉਸਨੂੰ ਬਾਬਾ ਜੀ ਦੱਸ ਗਏ ਨਾਨਕ ਸ਼੍ਰੀ ਅੱਖੜੀਆਂ ਪਿਆਨ ਜਿਹਨਾਂ ਦੱਸਣ ਤੋਂ ਮਤ ਪਈ ਰੱਬ ਨੂੰ ਦੇਖਣ ਵਾਲੀ ਅੱਖ ਉਹ ਵਿਦਿਆ ਹੈ ਉਹ ਗੁਰੂ ਕੋਲੋਂ ਆਉਣੀ ਹੈ ਨਾਨਕ ਸ਼੍ਰੀ ਅੱਖੜੀਆਂ ਪਿਆਨ ਜਿਹਨਾਂ ਦੱਸਣ ਤੋਂ ਮਤ ਪਈ ਕਹਿੰਦੇ ਹੋਰ ਨੀ ਅੱਖਾਂ ਪਾਈ ਰੱਬ ਨੂੰ ਦੇਖਣ ਵਾਲੀ ਚਿੱਠੀ ਦੇਖਣ ਵਾਲੀਆਂ ਹੋਰ ਅੱਖਾਂ ਨੇ
ਕੁਝ ਜਾਣਦੇ ਨਹੀਂ ਇਸ ਨੂੰ ਵਿਚਾਰ ਨਹੀਂ ਸਕਦੇ ਪਰ ਹੁੰਦਾ ਗੱਲੀ ਪਰ ਇਹ ਗੱਲਾਂ ਕਰੀ ਜੋ ਗੁਰੂ ਵਿਦਿਆ ਨਹੀਂ ਹੋਣੀ ਵਿਦਿਆ ਪਰ ਵਿਦਿਆ ਕੁਝ ਸ਼ਬਦ ਦੀ ਕਮਾਈ ਹੈ ਕਮਾਈ ਦੇ ਵਿੱਚ ਸੱਜਣੋ ਸਭ ਸਮੁੱਚੇ ਤੌਰ ਤੇ ਅਸੀਂ ਕਹਿੰਦੇ ਅਸੀਂ ਖੇਤੀ ਕਰਦੇ ਹਾਂ ਖੇਤੀ ਕਰਨ ਵਾਲੇ ਨੂੰ ਪਤਾ ਹੋਵੇ ਕਿ ਖੇਤੀ ਨੂੰ ਕਿਹੜੀ ਕਿਹੜੀ ਮੌਸਮ ਨਾਲ ਬਚਤ ਕਰਨੀ ਹੈ ਕਿਤੇ ਵਾਹੀ ਕਰਨੀ ਹੈ ਕਰਨੀ ਛਲ ਦੇ ਮਹੀਨੇ ਬਾਅਦ ਜਦੋਂ ਹੋਰ ਕਰਤੀ ਹਾਰ ਉੱਪਰ ਹਾਰ ਕਰਤੀ ਕਿਸਾਨ ਨੇ ਉਹਦੇ ਉਪਰੰਤ ਵਾਹੀ ਵੀ ਨਿੱਕੀ ਕਰ ਦੇਣੀ ਜੇ ਥੋੜਾ ਜਿਹਾ ਪੜਾ ਰਹਿ ਗਿਆ ਉਸਨੂੰ ਕਿੰਨੀ ਚੁਗਣੀ ਅਗਲੀਆਂ ਜਾ ਕੇ ਛਾਲ ਸੋਨਾ ਹਰ ਤਰ੍ਹਾਂ ਦੀ ਸੌਣ ਸਾਮੂ ਸਾਮੂ ਬਜ਼ੁਰਗ ਦੱਸ ਗਏ ਖੇਤੀ ਵਾਲੇ ਵੀ ਛਾਲ ਦੇ ਵਾਹੀ ਹੋਈ ਸੋਨਾ ਹੋ ਜਾਂਦੀ ਹੈ ਉਹਦੇ ਚ ਠੰਡ ਟਿਕ ਜਾਂਦੀ ਹੈ ਉੱਪਰ ਹਰ ਵਾਹੀ ਦੇ ਵਿੱਚ ਨੇਰੀਆਂ ਪੈ ਪੈ ਕੇ ਉਹਦੇ ਚ ਗੁੱਧ ਪੈ ਜਾਂਦੀ ਹੈ ਕਾਸ਼ ਪੀ ਜਾਂਦਾ ਹੈ ਉੱਪਰ ਹਰ ਵਾਹੀ ਦੇ ਵਿੱਚ ਹਰ ਚ ਸੋਨਾ ਬਣ ਜਾਂਦੀ ਹੈ ਛਾਲ ਦੇ ਸੌਣ ਦੇ ਮਹੀਨੇ ਜਾ ਕੇ ਵਾਹੇ ਜਦੇ ਹੀ ਬੰਜਰ ਤੇ ਸਵੇਰੇ ਵਾਹ ਕੇ ਆਇਆ ਤੇ ਪਹਿਲੇ ਸਰਾਟਾ ਪੈ ਗਿਆ ਉਹ ਕੱਖ ਇੱਧਰ ਹੋ ਕੇ ਦੂਜੇ ਪਾਸੇ ਲੱਗ ਜਾਣਗੇ ਉਹ ਸ਼ਾਮੇ ਸ਼ਾਮੇ ਰੋਵੇ ਬੂਹਾ ਨੇ ਵਧਣਾ ਨਹੀਂ ਕੱਦੇ ਦੇ ਮਹੀਨੇ ਜਾ ਕੇ ਬੀਜੇ ਖੁਸ਼ੀ ਦਾ ਕੁਛ ਨਹੀਂ ਹੋਣਾ ਕਿਲ ਦੇ ਜੋ ਉਹਨਾਂ ਦਾਣੇ ਜਮੇ ਹੋਣਗੇ ਵਿਟਾਮਿਨ ਪੈਦਾ ਨਹੀਂ ਹੋਏ ਕਮਾਈ ਦੇ ਬਿਨਾਂ ਸ਼ੌਗੇ ਵਾਹੀ ਨਾ ਤੇ ਹਲਣਾ ਮਣੇ ਦੇ ਬਿਨਾਂ ਪਿੱਛੇ ਪਿੱਛੇ ਵਿਟਾਮਿਨ ਪੈਦਾ ਨਹੀਂ ਹੁੰਦੇ ਜਿਹੜੀ ਖੁਰਾਕ ਲੈਣੀ ਹੈ ਦਾਣੇ ਨੇ ਉਹ ਪੈਦਾ ਨਹੀਂ ਹੁੰਦੀ ਉਹ ਬੰਬਣ ਜੋ ਕੇ ਮਰ ਜਾਣਗੇ ਛੇਤਾ ਨਹੀਂ ਨਿਕਲਦਾ ਇਹ ਬੰਦੀ ਦੇ ਬਾਰੇ ਵੀ ਉਹਨਾਂ ਨੇ ਫਿਰ ਮੁੱਖੇ ਹੀ ਰੱਖੀ ਹੈ ਜੈ ਕਰਨੀ ਤਾਂ ਪੂਰੀ ਮੱਤ ਕਰਨੀ ਵਾਧੂ ਘੰਟੇ ਘੱਟ ਇਹ ਦੇਵਤਿਆਂ ਦੀ ਲੜਾਈ ਦੇ ਵਿੱਚ ਬੀਬੀ ਦੇ ਧਰਮ ਵਿੱਚ ਬਾਬਾ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਦਸ ਨੇ ਦੇਖਿਆ ਹਜ਼ੂਰ ਦੀ ਹਾਜ਼ਰੀ ਦੇ ਵਿੱਚ ਬਗਾੜ ਇੱਕ ਰਾਜ ਹੈ ਛੋਟੀ ਜਿਹੀ ਰਿਆਸਤੀ ਹੁਣ ਤਾਂ ਰਿਆਸਤਾਂ ਟੁੱਟੂ ਹਜ਼ੂਰ ਦਾ ਆਸ਼ਰਮ ਉੱਥੇ 35-36 ਦੇ ਵਿੱਚ ਰਿਹਾ ਹੈ ਛੋੜਨ ਦੇ ਨਾਲ ਹੀ ਇੱਕ ਡਿੱਗਾ ਹੈ ਉਸਨੂੰ ਰਾਕਸ਼ ਇੰਨਾ ਬਲੀ ਸੀ